بس زیادہ بسم اللہ بے حق کے بسم اللہ بے فضل کا بسم اللہ اللہم کن ولی کا حجت ابن الحسن عسکری علیہ الصلاۃ والسلام صلواتک علیہ والا بہ فی ہذہ الساعۃ وفی کل ولیم و حافظم و قائدم و ناصرن و دلیلم و عینن حتی تسکنہ ارزقا طوعا و تمتعہ فیہ طویلا بے حق کے سیدہ بانی مجلس نصیر شاہ صاحب ان بھائیاں عزیزاں دی سائے محنت حاضرین مجلس تے ٹرایا قبول فرما، جو بیمار ہیں صحت عطا فرما، جو مقروض ہیں قرض ادا فرما، علی ان ولی اللہ پڑھن والے جتھے جتھے آباد ہیں میرے بارہویں بادشاہ دے حفظ و امان چھو، مری حسین حسین کر دے، اٹھی وی علی علی کر دے، دامن پنجاں دے باراں دا ہوئے، حد ازاداراں دا ہوئے، سلوات بلند آواز نال پڑھو۔ اے مریض اکھ دا آپریشن کراونے جتنا پھر سکدے ہو اس دی امداد کرو، سلوات سارے بلند آواز نال پڑھو۔ زندہ رہنے کے لیے شاہ کی ثنا کافی ہے، بڑی مہربانی، زندہ رہنے کے لیے شاہ کی ثنا کافی ہے، ہم کو بس فاطمہ زہرا کی دعا کافی ہے، ہم کو بس فاطمہ زہرا کی دعا کافی ہے، چاہے جتنی بھی مخالف ہو زمانے کی ہوا، ہم کو عباس کے پرچم کی ہوا کافی ہے۔ اعوذ باللہ من الشیطان الرجیم، بسم اللہ الرحمن الرحیم، صلوات الحمدللہ الرحمن الرحیم والعاقبۃ للمتقین والجنۃ للموحدین، صلوات سلام والا شفیع المذنبین الذی کلا فی شانہ و ما ارسلناک الا رحمتا للعالمین، المتحل بڑی مہربانی، کیا بات ہے، تو سن لکھاں تو چوکے بیٹھے ہو، قرآن دے وارثاں دا ذکر ہے، نماز دی بقا دا ذکر ہے، سلوات انج پڑھو جنت واجب ہو جائے۔ یہ تو اونچی سلوات ہے، جھکی پڑھو اسیں یاد کر کے نا، مقدور ہم کب ہے تیرے وصف کی کے خدا بند تو ہے، کلام سلوات پڑھو،
जी डरता है मेरे अल्लाह, मेहरबानी वलियां दा वेर तेरे कहे गज़ब से मेरे अल्लाह कर दिल में भरोसा है तो तेरे राह कौशर है नबी का तकासा है अली का गाले हाँ एक नारा मारो अली दा नविता बरदाले जलात मजलस हूं शुरू थी है बखत सब दे जली फरमान दरवाजा है बई सुते लिखा केड़ी गल शफीए रोदे मल्ला है दरिया में अल्लाह को मा अलियन मेहरबानी नौकर आजादार बैठे हो आदम तू इस वेले तक मुल्तान दी सरजमीन कोई हिक भेण दिखा भेरा मारा वन्ये ते भेण कड़ियां पाइया वन आई लाच फिरा ते लाजी समत दी ते पावल फतवी उठते ओ तेरे कताल दे बाद मेरा चन वी रुण बाकी उठ मैं नौकर तेरे कताल देव मेरा चल वीरुण बवागी
ਪਈਆਂ ਥੇਲੀ ਬੈਸ ਮੌਕੀਆਂ ਗੜੀਆਂ ਉੱਠੀ ਦੇਖਦਾ ਉੱਠੀ ਦੇਖਦਾ ਸਹੀ ਵੋ ਭਾਵੇਂ ਕਹਿ ਦੇਣਾ ਤੇਰੀ ਧੀ ਕੂੰਚਾਈ ਵਾਹ ਵਾਹ ਉੱਠੀ ਦੇਖਦਾ ਸਹੀ ਵੋ ਉੱਠੀ ਦੇਖ ਭਾਵੇਂ ਕਹਿ ਦੇਣਾ ਤੇਰੀ ਧੀ ਮਰਹਬਾ ਵਿੱਚ ਮਿਲਾ ਕਰਾਂ ਜਿਹੜਾ ਬੰਦਾ ਹੁਣ ਤੱਕ ਨਹੀਂ ਰੁਣ ਦਰਜਾ ਤਵਨ ਬਾਬਾ ਖਾਦਮ ਸ਼ਾਹ ਅਠੱਤੀ ਵਾਲੇ ਦੇ ਮੇਰੇ ਬਜ਼ੁਰਗਾਂ ਦਾ ਪੜਾ ਹੋਇਆ ਵੈਣ ਦਾ ਮੁਹਰਮ ਫਿਰਾ ਕੁੱਠੇ ਬਾਰਾਂ ਮੁਹਰਮ ਕੜੀਆਂ ਪਾ ਕੇ ਆਈਏ ਵਾਹ ਵਾਹ ਮੱਤਲ ਇਜਮਾ ਮਲਾਏ ਹੋਰਾ ਦੋਡੇ ਕਿਆ ਦੀ ਅੱਬਾ ਵਾਹ ਵਾਹ ਜੈ ਵੇਲੇ ਬੇਰਾ ਦੇਣਾ ਅਲੀ ਦੀ ਧੀ ਹੱਕਲ ਲਿੱਤੀ ਏ ਨਾ ਨੌ ਦਫਾ ਬਗੈਰ ਬਾਲੂਆਂ ਦੇ ਗਾਲੀ ਉੱਠੇ ਤੇ ਵੱਤ ਜਣੇ ਭੇਣ ਜੋ ਹਾਈ ਕੜੀਆਂ ਵਾਲੇ ਹੱਥ ਅਦਾ ਕੀਆ ਦੀਏ ਤਕਲੀਫ ਨਾ ਕਰ ਮੈਂ ਰਾਜ਼ੀ ਆਈ ਮਰਹਬਾ ਤੇ ਭੇਣੀ ਦਾ ਕਦਰ ਜਨਾਜ਼ੇ ਹੋ ਮੈਂ ਖੂਬਾ ਕੇ ਛਾ ਦੇ ਪਰਦਿਆਂ ਦਾ ਤੇ ਕੁਹਾਰ ਵੇਲੇ ਇਹ ਛਾ ਤੇ ਮੈਂ ਕੁਚਾ ਦਰਦਾ ਯਾਰ ਮਾਨ ਕੋਈ ਨਹੀਂ ਇੱਕ ਗੱਲ ਤੂੰ ਜਿਗਰ ਆਉਂਦਾ ਉੱਥੇ ਅੱਜ ਤਰੇ ਵਾਰ ਅੱਜ ਤਰੇ ਵਾਰ ਓ ਮੈਂ ਤੂੰ ਸ਼ਿਮਰੇ ਪੁੱਛਿਆ ਤੇਰਾ ਕੀ ਨਗਿਆ ਵੀ ਵਾਹ ਵਾਹ ਮਾਤਮ ਕਰੋ ਅੱਜ ਤਰੇ ਵਾਰੀ ਵੋ ਅੱਜ ਤਰੇ ਵਾਰੀ ਓ ਮੈਂ ਤੂੰ ਸ਼ਿਮਰੇ ਪੁੱਛਿਆ ਤੇਰਾ ਗਿਣ ਗਿਆ ਕੋਈ ਵੱਡਾ ਮਾਣ ਵਾਹ ਵਾਹ ਮੈਂ ਨੌਕਰ ਧੀਆਂ ਦੇ ਪਰਦੇ ਆਉਣੀ ਯਾਰ ਇੰਨੇ ਹੱਕ ਹੈ ਜਿਵੇਂ ਇਬਾਦਤ ਕੀਤੀ ਹੈ ਮਾਂ ਹੁਸੈਨ ਦੀ ਤੈਨੂੰ ਆਪਣੇ ਕਹੇ ਗਾ ਮਚ ਨਰਵਾਵੇ ਮੈਂ ਨੌਕਰ ਆ ਭੇਣੀ ਸਕੀਆਂ ਭੇਣੀ ਤ੍ਰੈ ਲਾਸ਼ਾਂ ਨੌ ਹਾਏ ਕਰਚਾ ਭੇਣ ਸੱਕੀ ਲਾਸ਼ਾ ਨੌ ਏਡੀ ਉੱਜੜ ਗਈ ਅਲੀ ਦੀ ਧੀ ਜੋ ਵੈਣ ਹਿੱਕ ਕਰਨਾ ਹੈ ਤੇ ਲਾਸ਼ਾ ਨੌ ਹਨ ਮਰਹਬਾ ਬਜ਼ੁਰਗ ਪੜਦੇ ਹਨ ਤ੍ਰੀਜੇ ਦੀ ਬਾਅਦ ਲਾਸ਼ਾਂ ਤੇ ਆ ਖੜੀਏ ਅਜੇ ਲਾਸ਼ਾਂ ਤੇ ਬੈਠੀ ਨਹੀਂ ਭੇਰਾ ਦੇ ਕਾਤਲਾਂ ਹੁਕਮ ਜਾਰੀ ਕੀਤਾ ਲਾਸ਼ਾਂ ਛੋੜੋ ਵਾਹ ਵਾਹ ਮੈਂ ਵਿੱਚ ਮਿਲਾ ਕਰਾਂ ਵੱਡੇ ਭੇਰਾ ਦੀ ਲਾਸ਼ ਤੇ ਲੱਥੀ ਹੱਥ ਪਸੇ ਗਰਦਨ ਰੁੱਝੇ ਹੋਏ ਹਨ ਕੱਟੇ ਹੋਏ ਗੱਲ ਤੇ ਬਹੁਤ ਸਾਡੇ ਕਿਹਾ ਦੀ ਜੇ ਕੋ ਨਾਨਾ ਮੋਹਰ ਤੇ ਚੈਂਦਾ ਹਾ ਉਹ ਹੁਸੈਨ ਤੂੰ ਏ ਵਾਹ ਵਾਹ ਜੇ ਕੋ ਨਾਨਾ ਮੋਹਰ ਤੇ ਈਦ ਦੇ ਦੀ ਚਾਵੇ ਹਾ ਉਹ ਹੁਸੈਨ ਤੂੰ ਏ ਜਿਹਦਾ ਜਬਰੀਲ ਝੂਲਾ ਝੁਲਾਵੇ ਹਾ ਉਹ ਹੁਸੈਨ ਤੂੰ ਏ
ਸ਼ੀਆ ਮਿਆਣੀਆ ਲਿਆ ਉਹ ਲਾਸ਼ ਕਰਵਟ ਬਦਲੀਏ ਸ਼ਹੀਦ ਆਜ਼ਮ ਦੀ ਤੱਥੇ ਲੱਭ ਹੱਲਣ ਆਵਾਜ਼ ਹੈ ਭੇਣ ਕਿਹਾ ਮੈਂ ਪੁੱਛ ਸਕਦਾ ਜਿਹਦਾ ਸੂਰਜ ਹਯਾ ਕੀਤਾ ਹਾਈ ਊਹਾ ਆਲੀਆ ਤੂੰ ਏ ਮਰਹਬਾ ਜਦੋਂ ਵਸਦੀ ਆਵੇ ਤੇਰੇ ਸਰ ਤੂੰ ਚਾਦਰ ਢੱਲਿਆ ਸੂਰਜ ਛੁਪ ਵੈਂਦਾ ਹਾਈ ਊਹਾ ਆਲੀਆ ਤੂੰ ਏ ਬੇਰਾ ਦਮੋਂ ਚੁਮਕਿਆ ਦੀਏ ਚੁੱਪ ਕਿਉਂ ਏ ਕਾਇਨਾਤ ਮੰਨ ਗਈ ਏ ਤੇਰੇ ਜਿਹਾ ਸਾਬਰ ਕੋਈ ਨਹੀਂ ਭੇਣ ਨਾਲ ਬੋਲ ਮੈਂ ਚੋਖਾ ਰਹਿਣਾ ਆਇਓ ਮੇਰਾ ਅੱਲਾ ਜਦੋਂ ਭੇਣ ਆਖਣਾ ਜੀਤ ਗਿਆ ਏ ਅੱਖੀ ਵੱਤ ਪਈਆਂ ਸ਼ਬੀਰ ਦੀਆਂ ਰੋ ਕਿਆ ਦੇ ਭੇਣ ਜੀਤ ਤਾਂ ਗਿਆ ਪਰ ਮੇਰਾ ਰਿਹਾ ਜੋ ਕੋਈ ਨਹੀਂ ਮੇਰਾ ਸਰ ਸਾਂਗ ਤੇ ਸਵਾਰ ਤੁਹਾਡੇ ਹੱਥ ਪੱਸੇ ਗਰਦਨ ਰੁੱਛੇ ਹੋ ਸਨ ਇੱਥੋਂ ਕੁ ਬਾਜ਼ਾਰਾਂ 'ਚ ਖਿਨਵੇ ਸਨ ਮੈਂ ਧੀਆਂ ਦੇ ਪਰਦੇ ਕੁਰਬਾਨ ਕਰ ਦੇਵਾਂ ਤੇਰੀ ਇੱਜ਼ਤ ਤੇ ਅਜ਼ਮਤ ਤੂੰ ਸਬਰ ਦੀ ਪਹਾੜ ਮਸਤੂਰ ਬੇਰਾ ਦਾ ਮੂੰਹ ਚੁਮਕਿਆ ਦੀਏ ਤੂੰ ਨਾ ਰੋ ਸ਼ਾਮ ਆਵਾਂਡੇ ਜੇ ਮੈਂ ਸ਼ਾਮ ਦੀਆਂ ਦੀਵਾਰਾਂ ਤੇ ਜ਼ਿੰਦਾਬਾਦ ਨਾ ਲਿਖਾਵਾਂ ਤੂੰ ਅਲੀ ਦੀ ਧੀ ਨਹੀਂ ਇਹ ਕੋਈ ਜ਼ਾਕਿਰ ਦਾ ਕਮਾਲ ਹੈ ਜਾਂ ਵਾਇਸ ਦੀ ਮਿਹਨਤ ਹੈ ਨਾ ਬਾਬਾ ਇਹ ਹਸਰਤ ਭੇਣ ਦੀ ਜਿਹੜੀ ਨੌ ਬੇਰਾਵਾਂ ਦੀਆਂ ਲਾਸ਼ਾਂ ਨਾਲੋਂ ਇੰਝ ਲੰਘੀ ਏ ਜਿਵੇਂ ਲੱਗਦੇ ਹੀ ਕੁਝ ਨਸ ਪਰ ਬੇਰਾ ਨਾਲ ਇੱਕ ਵਾਅਦਾ ਕੀਤਾ ਸੀ ਹੁਸੈਨ ਮੈਕੂ ਨਹੀਂ ਰੋਵਣ ਦੇਂਦੇ ਅੱਲਾ ਇਹ ਕਹੋਂ ਭੇਜੇ ਸੀ ਜਿਹੜੀ ਆਪਣਾ ਕੋ ਨਾ ਰੋਸਨ ਤੇਰੇ ਅਕਬਰ ਕੋ ਰੋਸਨ ਮੇਰੀ ਚਾਦਰ ਕੋ ਰੋਸਨ ਔਰ ਮੁਲਤਾਨ ਵਾਲਿਓ ਮੈਂ ਹਰ ਮਿੰਬਰ ਤੇ ਆਦਰ ਆਉਂਦਾ ਬੇਰਾ ਦਾ ਕਫਨ ਕੋਈ ਨਹੀਂ ਉਸ ਕਾਇਨਾਤ ਚ ਕਫਨ ਤਕਸੀਮ ਕੀਤੇ ਨੇ ਭੇਣ ਦੀ ਚਾਦਰ ਕੋਈ ਨਹੀਂ ਅੱਜ ਵੀ ਜਨਾ ਸ਼ਾਮ ਮੰਨੇ ਉਸ ਕਾਇਨਾਤ ਚ ਪਰਦਾ ਤਕਸੀਮ ਕੀਤਾ ਹੈ ਤੇ ਕੋ ਇੱਜ਼ਤਦਾਰ ਬਣਾਇਆ ਵਰਨਾ ਕੁਜਾ ਅਲੀ ਦੀ ਧੀ ਕੁਜਾ ਸ਼ਾਮ ਮਾਲਿਕ ਕਾਇਨਾਤ ਮੇਰੇ ਭਾਈ ਦੀ ਸਾਇਓ ਮਿਹਨਤ ਕਬੂਲ ਫਰਮਾਵੇ ਬਸ ਆਪਣੇ ਭਰਾਵਾਂ ਨੂੰ ਮਿੰਬਰ ਦੇਵਾਂ ਹੁਕਮ ਦੀ ਤਾਮੀਲ ਲਈ ਇਸ ਵਾਸਤੇ ਵਾਜਿਬ ਸਮਝਦੇ ਨਾ ਜ਼ਿੰਦਗੀ ਦਾ ਪੁੱਤਾ ਕੋਈ ਨਹੀਂ ਜਨਾਬ ਨੂੰ ਇੱਕ ਸ਼ੇਰ ਕਸੀਦੇ ਤੋਂ ਸੁਣਾ ਕੇ ਬਾਈ ਤਕੀ ਖਾਨ ਨੂੰ ਮਿੰਬਰ 'ਚ ਦੇਵਾਂ ਬਾਈ ਹਸਨ ਰਜ਼ਾ ਕਾਫੀ ਬਾਈ ਆਲਮ ਬੱਟੀ ਤਸ਼ਰੀਫ ਫਰਮਾਹਿਨ ਹੁਣ ਜਨਾਬ ਦੀ ਇਜਾਜ਼ਤ ਹੈ ਜਿਹੜੇ ਹੱਥ ਬੱਧੀ ਬੈਠੇ ਹੋ ਤੁਹਾਡਾ ਦਿਲ ਹੈ ਅਲੀ ਅਲੀ ਕਰ ਕੇ ਨਾ 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 ਇੰਝ ਨਹੀਂ ਆਗਾ ਦੇ ਮਜਲਿਸ ਖੈਬਰ ਦਾ ਮੈਦਾਨ 39 ਦਿਹਾੜਾ ਗੁਜ਼ਰ ਗਿਆ ਤੇ ਖੈਬਰ ਫਤਹ ਨਾ ਥਿਆ ਤੁਸੀਂ ਵੇਖੋ ਦੇਖੋ 39 ਦਿਹਾੜੇ ਜੰਗ ਹੋਈ 40 ਦੀਆਂ ਦਾ ਵਾਅਦਾ ਹੈ ਖੈਬਰ ਫਤਹ ਬੋਲੋ ਨਾ ਹੋਇਆ ਹਿੱਕਾ ਰਾਤ ਆਈ ਤੇ ਕੱਲ ਵਾਲਾ ਨਹੀਂ ਆਈ ਕਾਇਨਾਤ ਦੀ ਕੁੱਲੀ ਰਹਿਮਤ ਆਪਣੇ ਸਿਪਾਹੀਆਂ ਨੂੰ ਸੱਦਾ ਨਬੀ ਫਰਮਾਇਆ ਮੈਂ ਮੁਹੰਮਦ ਆਪੂ ਬੁਲੇਂਦਾ ਨਹੀਂ ਜਬ ਤੱਕ ਉਹ ਆਖੇ ਨਹੀਂ ਜਬ ਤੱਕ ਅੱਲਾ ਨਾ ਆਖੇ ਜਬ ਰਿਜ਼ੈਬ ਨਬੀ ਫਰਮਾਇਆ ਮੇਰੇ ਲੱਭ ਹਰਕਤ ਹੀ ਨਹੀਂ ਕਰਦੇ ਜੋ ਉਹ ਆਖੇ ਮੈਂ ਉਹ ਕਰਦਾ ਅੱਜ ਅਲੀ ਰਾਤ ਤੇ ਕੱਲ ਵਾਲਾ ਨਹੀਂ ਹੈ ਇੱਕ ਬੰਦਾ ਸਾਹਮਣੇ ਖੱਲਾ ਆਈ ਆਦਾ ਯਾਰ ਰਸੂਲ ਅੱਲਾ ਕੋਸ਼ਿਸ਼ ਬਹੁ ਕੀਤੀ ਏ ਫਤਹ ਨਾ ਥੀਵੇ ਵੱਦ ਸਾਡਾ ਕੋਈ ਜ਼ੋਰ ਏ ਨਬੀ ਫਰਮਾਇਆ ਤੁਹਾਡੇ ਹਿਸਾਬ ਵਿੱਚ ਫਤਹ ਨਾ ਮੁਮਕਿਨ ਏ ਜੀ ਸਰਕਾਰ ਨਬੀ ਫਰਮਾਇਆ ਵਤ ਮੈਂ ਮੁਹੰਮਦ ਦੀ ਗੱਲ ਸੁਣ ਕੱਲ ਖੈਬਰ ਫਤਹ ਹੋ ਸੀ ਕੱਲ ਖੈਬਰ ਫਤਹ ਹੋ ਸੀ ਜਾਓ ਸਮਝਾਓ ਤੁਰੇ ਨਬੀ ਫਰਮਾਇਆ ਵਾਪਸ ਵੱਲੋ
ਕੱਲ ਜੈ ਮੈਂ ਕੋ ਭਰਾ ਦੇ ਆਵਣ ਦੀ ਮੁਬਾਰਕ ਦਿੱਤੀ, ਮੈਂ ਜੀਂਦਿਆਂ ਜੰਨਤ ਲਿਖਦੇ ਸਾਂ। ਤੁਰ ਗਏ, ਸੁਬਾ ਹੋਈ, ਹਰ ਬੰਦੇ ਦੀ ਖਾਹਿਸ਼ ਕਿ ਮਰਦ ਮੈਂ ਹੋ ਸਾਂ। ਖੈਬਰ ਦਾ ਮੈਦਾਨ, ਆਵਾਜ਼ ਕੁਦਰਤ ਆਈ, ਇਹ ਮੇਰਾ ਮਹਿਬੂਬ ਕਦਾਈ ਮੂੰਝਾ ਨਾ ਥੀਵੇ, ਘਬਰਾ ਨਹੀਂ ਮੂੰਝਾ ਨਾ ਹੋ, ਉੱਚੇ ਮਕਾਮ ਤੇ ਚੜ ਕੇ ਮੂੰਹ ਕਰ ਮਦੀਨੇ ਦੋ। ਆਹ ਤੇ ਸਦ ਆਪਣੇ ਅਲਾਈ ਅਲੀ ਫਿਰਾ ਨੂੰ, ਯਾ ਇਨ ਕਿਉਂ ਨਾ ਅੱਲਾ ਫਰਮਾਇਆ ਮੇਰੀ ਨਵੇਕਲੀ ਮਦਦ ਨੂੰ ਹੱਕਲ ਮਾਰ। ਮੁਲਤਾਨ ਵਾਲੇ ਉੱਚੇ ਮਕਾਮ ਤੇ ਨਬੀ ਚੜ੍ਹੇ, ਹੱਕਲ ਮਾਰੀ। ਇਹ 39 ਦਿਹਾੜੇ ਜਿਹੜੀ ਫੌਜ ਥਈ ਹੈ ਨਾ, ਮਰਹਬ ਬੈਠਾ ਹੀ ਉੱਚੇ ਮਕਾਮ ਤੇ, ਤਾਰੀਖ ਦੇ ਲਫ਼ਜ਼ਨ ਇਸ ਆਪਣੇ ਨਾਲ ਇੱਕ ਨਜੂਮੀ ਬਹਾਇਆ ਹੋਇਆ। ਜਿਹੜਾ ਸਿਪਾਹੀ ਆਵਿਆ, ਇਹ ਨਜੂਮੀ ਤੂੰ ਪੁੱਛਦਾ ਹੀ ਆਉਣ ਵਾਲਾ ਕੌਣ ਏ, ਮੈਂ ਕਿਵੇਂ ਲੜਾਂ। ਨਜੂਮੀ ਦੱਸੇਂਦਾ ਰਿਹਾ, ਜਦਾਂ 40ਵਾਂ ਦੀ ਚੜ੍ਹੇ ਤੇ ਪਾਕ ਨਬੀ ਨਾਦ ਅਲੀ ਨੂੰ ਪੜ੍ਹੇ ਜਾਗੇ, ਤੇ ਅਲੀ ਦਾ ਘੋੜਾ ਖੈਬਰ ਦੇ ਮੈਦਾਨ ਚ ਲੱਥੇ, ਹੁਣ ਮਰਹਬ ਨਜੂਮੀ ਦੇ ਪਾਸੇ ਡਿੱਠੇ। ਮਰਹਬ ਦੀ ਹਾਲਤ ਕਿਹੜੀ ਏ, ਜਿਸਮ ਵਿੱਚ ਲੜਦਾ, ਚਿਹਰੇ ਤੇ ਮੌਤ ਦੀ ਜ਼ਰਦੀ ਏ। ਨਜੂਮੀ ਦੇ ਪਾਸੇ ਦੇਖ ਕੇ ਆਦੇ, ਅੱਗੇ ਵੀ ਫੌਜੀ ਆਉਂਦੇ ਰਹਿਣ, ਪਰ ਜਿਹੜੇ ਵੇਲੇ ਦਾ ਈ ਆਇਆ ਮੇਰਾ ਹਾਂ ਵੈਂਦਾ ਲਹਿੰਦਾ, ਦਸਾ ਸਕਦਾ ਆਵਣ ਵਾਲਾ ਕੌਣ ਏ। ਤੁਹਾਡੀ ਪਿਆਰੀ ਖਾਮੋਸ਼ੀ ਦੀ ਕਸਮ ਚਾਈ ਵਜਾਂ, ਪੁੱਛਾ ਮਰਹਬੇ ਦੱਸਾ ਨਜੂਮੀ ਏ ਜੋ ਇਹ ਕੌਣ ਏ, ਸੁਣਾਵਾਂ ਚਾ। ਨਜੂਮੀ ਆਉਦਾ, ਜਿਹੜਾ ਅੱਜ ਆਇਆ ਵਿੱਚ ਖੈਬਰ ਦੇ ਕਰਾਰੇ ਵੀ ਫਰਾਰ ਨਹੀਂ, ਨਹੀਂ ਮੁਲਤਾਨ ਵਾਲਿਓ, ਜਦਾ ਨਜੂਮੀ ਦੱਸਾਏ ਆਵਣ ਵਾਲਾ ਕਰਾਰੇ ਗੈਰ ਫਰਾਰੇ, ਨਾਲੇ ਨਬੀ ਦਾ ਖੂਨ ਏ ਯਾਰ ਹੀ ਨਹੀਂ। ਹੁਣ ਮਰਬ ਕੰਬਾਏ, ਅਦੇ ਹਰ ਆਵਣ ਵਾਲੇ ਦਾ ਤਾਰਫ ਕਰਾਇਆ ਹੀ, ਕੌਣ ਏ ਤੇ ਨਾਮ ਕਿਆ ਹੈ। ਮੈਂ ਕੁਵੱਲਾ ਦੇ ਨਾਂ ਤੇ ਦੱਸਾ ਸਹੀ, ਇਹ ਜਿਹੜਾ ਆਇਆ ਹੈ ਇਸ ਦਾ ਨਾਂ ਕਿਆ ਹੈ। ਤੁਹਾਡੀ ਤਵੱਜੋ ਦੀ ਕਸਮ, ਜਿਹੜਾ ਮਰਾ ਬਾਖਾ ਕੌਣ ਏ, ਪੁੱਤਰ ਕਹਿੰਦਾ ਤੇ ਨਾਂ ਕਿਆ ਹੈ। ਨਜੂਮੀਆਂ ਦੇ ਜਿਗਰ ਤੇ ਹੱਥ ਰੱਖ, ਮੈਂ ਦੱਸਾਂ ਜੋ ਆਵਣ ਵਾਲਾ ਕੌਣ। ਮਰਾਬਾ ਦਾ ਜਲਦੀ ਦੱਸਾ,
ਮੈਂ ਆਵੇ ਦਲਾਂ ਦੇ ਨਜੂ ਮੀਆਂ ਦੇ ਕਿਆ ਦੱਸਾਂ ਨਜੂਮੀਆ ਦੇ ਕਿਆ ਦੱਸਾਂ ਇਹਦਾ ਨਾਮ ਅਲੀ ਮੇਰੇ ਦਾ ਚੰਨ ਤੇਰੀ ਮਰਜ਼ੀ ਹੈ ਤੂੰ ਮਨ ਜਾ ਨਾ ਮਨ ਇਹਦੇ ਨਾਲ ਮੁਕਾਬਲਾ ਮੁਸ਼ਕਿਲ ਹੈ ਵੀ ਮੇਰਾ ਖੁਦਾ ਕਰੇ ਉਹ ਛੇ ਸਜਾਣੇ ਸੋਹਣੇ ਲੈਣ ਦੇ ਬਾਬੇ ਦਾ ਕਰੇ ਜਾਲੀ ਆਇਆ ਜੇ ਤਾਈਂ ਵਾਰ ਨਹੀਂ ਜਦਾ ਨਾਲ ਸਜਾਦ ਦੇ ਸੈਣ ਮੇਰੀ ਦੀ ਆਇਆ ਜੋ ਰੋਣ ਹੈ ਜੇ ਤੂੰ ਛੋੜਾ ਇੱਕ ਵੈਣ ਹੋਰ ਕਰਦਾ ਨੂ ਸਵਾਰੀਆਂ ਮੈਦਾਨ ਕਰਬਲਾ ਵਿੱਚ ਬੇਣ ਬੇਰਾ ਕੁ ਮਿਲੀਅਨ ਬਾਬਾ ਮੇਰੇ ਦੇਖ ਬੇਰਾ ਕੁ ਨੇਜ਼ੇ ਦੀ ਚੁੰਝ ਜਾਫਰੀ ਸਾਹਿਬ ਭੇਣ ਕੁ ਮਹਮਲ ਇਹ ਮੇਰਾ ਅਲਮ ਤੇ ਹਾਥੀ ਜਿਹੜਾ ਨੇਜ਼ੇ ਤੇ ਹਾਈ ਉਹ ਸੌਖਾ ਹਾਈ ਜਿਹੜੀ ਮਾਮਲ ਚਾਈ ਔਖੀ ਆਈ ਜਦਨਾਲ ਸਜਾਦ ਦੇ ਜ਼ੈਨ ਮੇਰੀ ਦੀ ਤੇ ਕੂਫੇ ਤਿਆਰੀ ਥਈਏ ਹੋ ਕਰਬਲ ਦੀ ਯਾਦ ਦੇ ਮੁੱਕਦਿਆਂ ਤਾਈ ਤੇ ਅਰਦਾਸ ਦੋਨੇ ਦੀ ਮੁੱਕਦਿਆਂ ਤਈ ਤੇ ਅਬਾਜ਼ ਦੇ ਦੀ ਮਰਹਬਾ ਮੈਂ ਦੇ ਹੱਥ ਪਾ ਬੰਦ ਵਿੱਚ ਕੜੀਆਂ ਦੇ ਤੇ ਇੱਕ ਗਾਲ ਰੁਵੇਂ ਦੀ ਪਈ ਜਿਸ ਮਿੰਬਰ ਮਿੰਬਰ ਤੇ ਬਾਬਾ ਆਦੇ ਕੂਫੇ ਪਈਵੇ ਨਹੀਂ ਆਈ ਮੰਗ ਦੁਆ ਛਲ ਭੇੜ ਦੀ ਹੋ ਜਿਸ ਮਿੰਬਰ ਤੇ ਬਾਬ ਅਲਮਾਨ ਜਿਸ ਮਿੰਬਰ ਆਦੀ ਮੰਗ ਦੁਆ ਛਾਲਾ ਭੇਣ